ਸਾਡੇ ਕੋਲ ਕਾਲਮ ਰਿਡਕਸ਼ਨ ਵੀ ਹੋ ਗਈ ਇਹਨੂੰ ਹਟਾ ਦਾਂ ਜਦੋਂ ਸਾਡੇ ਕੋਲ ਕਾਲਮ ਰਿਡਕਸ਼ਨ ਹੋ ਗਈ ਜੋ ਵੈਲਿਊ ਸਾਡੇ ਕੋਲ ਆਈ ਹੈ ਫਟਾਫਟ ਅਸੀਂ ਰਿਪੋਰਟ ਕਰ ਲੈਂਦੇ ਹਾਂ 2 4 7 2 0 0 4 7 5 4 6 7 0 0 1 1 0 0 9 9 9 5 5 5 7 1 7 ਠੀਕ ਹੈ ਜੀ ਆਹੀ ਵੈਲਿਊ ਆ ਰਹੀ ਤੁਹਾਡੀ ਜੋ ਅਸੀਂ ਕਾਲਮ ਰਿਡਕਸ਼ਨ ਲਾਈ ਹੈ ਸੀ ਇਹੀ ਵੈਲਿਊ ਸੇਮ ਅਸੀਂ ਉਹਦੇ ਲਿਖਦੇ ਹਾਂ 2 4 7 2 0 0 4 0 9 7 5 4 6 7 0 0 2 2 0 1 1 0 0 5 7 1 7 ਠੀਕ ਹੈ ਜੋ ਸਾਡੀਆਂ ਵੈਲਿਊ ਉੱਥੇ ਆਈਆਂ ਸੀਗੀਆਂ ਉਹੀ ਵੈਲਿਊ ਅਸੀਂ ਇੱਥੇ ਲਿਖ ਲਈ ਹੈ ਨੈਕਸਟ ਸਟੈਪ ਆਪਾਂ ਨੇ ਕੀ ਲਿਖਿਆ ਸੀ ਕਿ ਨੈਕਸਟ ਸਟੈਪ ਆਪਾਂ ਕੀ ਕਰਾਂਗੇ ਇਸ ਤੋਂ ਬਾਅਦ ਅਸੀਂ ਜੋ ਸਕੈਨਿੰਗ ਕਰਨੀ ਸਟਾਰਟ ਕਰਾਂਗੇ ਰੋ ਸਕੈਨਿੰਗ ਫਿਰ ਅਸੀਂ ਕੌਲਮ ਸਕੈਨਿੰਗ ਸਭ ਤੋਂ ਪਹਿਲਾਂ ਆਪਾਂ ਰੋ ਸਕੈਨਿੰਗ ਹੀ ਸਟਾਰਟ ਕਰ ਲੈਂਦੇ ਹਾਂ ਸਭ ਤੋਂ ਪਹਿਲੀ ਰੋ ਸਾਡੇ ਕੋਲ ਕੀ ਹੈਗੀ ਹੈ ਅਗਰ ਤਾਂ 00 ਆਉਣਗੀਆਂ ਤਾਂ ਅਸੀਂ ਉਹ ਵਾਲੀ ਰੋ ਸਕਿਪ ਕਰ ਦਾਂਗੇ ਲੇਕਿਨ ਪਹਿਲੀ ਰੋ ਦੇ ਵਿੱਚ ਇੱਕ ਹੀ ਜ਼ੀਰੋ ਹੈ ਤਾਂ ਅਸੀਂ ਇੱਕ ਜ਼ੀਰੋ ਹੈਗੀ ਤਾਂ ਉੱਥੇ ਅਸੀਂ ਸਫੇਅਰ ਬਣਾ ਦਿੰਦੇ ਹਾਂ ਔਰ ਇੱਕ ਵਰਟੀਕਲ ਲਾਈਨ ਜੋ ਹੈ ਡਰੋ ਕਰ ਦੇਵਾਂਗੇ ਠੀਕ ਹੈ ਜੀ ਇਹਨਾਂ ਧਿਆਨ ਰੱਖ ਲਓ ਸਾਡੀ ਵਰਟੀਕਲ ਲਾਈਨ ਹੋ ਗਈ ਵੈਲਿਊ ਸਾਨੂੰ ਸ਼ੋਅ ਹੁੰਦੀ ਹੈ ਮੱਲੀ ਬਾਕੀ ਉਸ ਤੋਂ ਬਾਅਦ ਨੀਚੇ ਜੋ ਜ਼ੀਰੋ ਆ ਰਹੀ ਹੈ ਸਾਨੂੰ ਉਹਦੇ ਨਾਲ ਲੈਣ ਦੇਣਾ ਕੋਈ ਨੈਕਸਟ ਰੋ ਦੇ ਵਿੱਚ ਚੱਲਦੇ ਹਾਂ ਨੈਕਸਟ ਰੋ ਦੇ ਵਿੱਚ ਸਾਡੇ ਕੋਲ ਆਹ ਜ਼ੀਰੋ ਬਚਦੀ ਹੈ ਤਾਂ ਅਸੀਂ ਕੀ ਕਰਾਂਗੇ ਸਕੁਅਰ ਲਗਾਇਆ ਵਰਟੀਕਲ ਲਾਈਨ ਇੱਥੇ ਵੀ ਲਗਾਉਂਦੇ ਚਲੋ ਠੀਕ ਹੈ ਜੀ ਅਗਲੀ ਰੋ ਦੇ ਵਿੱਚ ਚੱਲਦੇ ਹਾਂ ਥਰਡ ਰੋ ਦੇ ਵਿੱਚ ਥਰਡ ਰੋ ਦੇ ਵਿੱਚ ਸਾਡੇ ਕੋਲ 2 0 ਇਕੱਠੀਆਂ ਹੋ ਜਾਣ ਤਾਂ ਅਸੀਂ ਇਹ ਵਾਲੀ ਰੋ ਜੋ ਹੈ ਸਕਿਪ ਕਰ ਦਾਂਗੇ ਨੈਕਸਟ ਕਰਦੇ ਹਾਂ ਫੋਰਥ ਦੇ ਵਿੱਚ ਫੋਰਥ ਦੇ ਵਿੱਚ ਸਾਡੇ ਕੋਲ ਆਹ ਵਾਲੀ ਇੱਕ ਜ਼ੀਰੋ ਹੈਗੀ ਕਿਉਂਕਿ ਇੱਕੋ ਜ਼ੀਰੋ ਹੈਗੀ ਸੀਗੀ ਪਹਿਲਾਂ ਉਹ ਕੀ ਹੋ ਗਈ ਸੀਗੀ ਪਹਿਲਾਂ ਤੋਂ ਹੀ ਉਹ ਡਿਲੀਟ ਹੋ ਗਈ ਕਿਉਂਕਿ ਜਦੋਂ ਉਹ ਲਾਈਨ ਲਗਾਈ ਗਈ ਤਾਂ ਉਹ ਵਾਲੀ ਵੈਲਿਊ ਜੋ ਤੁਹਾਡੀ ਜ਼ੀਰੋ ਸੀਗੀ ਉਹ ਖਤਮ ਹੋ ਤਾਂ ਅਸੀਂ ਕੀ ਕਰਾਂਗੇ ਇੱਕ ਜ਼ੀਰੋ ਇੱਥੇ ਸਕੁਅਰ ਲਗਾਉਂਦੇ ਹਾਂ ਆਹ ਵਾਲੀ ਲਾਈਨ ਵੀ ਸਾਡੀ ਡਿਲੀਟ ਹੋ ਜਾਂਦੀ ਲਾਸਟ ਰੋ ਦੇ ਵਿੱਚ ਪਹੁੰਚੇ ਇੱਕ ਜ਼ੀਰੋ ਹੈਗੀ ਸੀ ਲੇਕਿਨ ਉਹ ਪਹਿਲਾਂ ਤੋਂ ਹੀ ਡਿਲੀਟ ਅਸੀਂ ਦੇਖਣਾ ਸੀ ਵੀ ਸਾਡੀਆਂ ਸਾਰੀਆਂ ਜ਼ੀਰੋ ਕਵਰ ਹੋ ਗਈਆਂ ਕਿ ਨਹੀਂ ਹੋ ਗਈਆਂ ਜਦੋਂ ਅਸੀਂ ਚੈੱਕ ਕੀਤਾ ਸਾਡੀਆਂ 2 0 ਬਚਦੀਆਂ ਤਾਂ ਫਿਰ ਸਾਨੂੰ ਕੀ ਕਰਨੀ ਪਏਗੀ ਕਾਲਮ ਸਕੈਨਿੰਗ ਵੀ ਕਰਨੀ ਪਏਗੀ ਫਸਟ ਅਸੀਂ ਰੋ ਸਕੈਨਿੰਗ ਕਰ ਲਈ ਉਸ ਤੋਂ ਬਾਅਦ ਚਲਦੇ ਹਾਂ ਕਾਲਮ ਸਕੈਨਿੰਗ ਕਾਲਮ ਸਕੈਨਿੰਗ ਸਾਡੀ ਇਸ ਤਰ੍ਹਾਂ ਹੋਣੀ ਹੈਗੀ ਫਸਟ ਕਾਲਮ ਦੇ ਵਿੱਚ ਦੇਖਦੇ ਹਾਂ ਜ਼ੀਰੋ ਹੈਗੀਆਂ ਸੀ ਲੇਕਿਨ ਪਹਿਲਾਂ ਤੋਂ ਹੀ ਸੈਕਿੰਡ ਕਾਲਮ ਚਲਦੇ ਹਾਂ ਜ਼ੀਰੋ ਹੈਗੀਆਂ ਸੀ ਉਹ ਪਹਿਲਾਂ ਤੋਂ ਹੀ ਥਰਡ ਕਾਲਮ ਦੇ ਵਿੱਚ ਚਲਦੇ ਹਾਂ ਤਾਂ ਥਰਡ ਕਾਲਮ ਦੇ ਵਿੱਚ ਇੱਕ ਜ਼ੀਰੋ ਹੈ ਅਸੀਂ ਉੱਧਰ ਨਹੀਂ ਕਾਲਮ ਇੱਥੇ ਕਾਲਮ ਦੇ ਵਿੱਚ ਇਸ ਕਾਲਮ ਦੇ ਇੱਕ ਜ਼ੀਰੋ ਤਾਂ ਅਸੀਂ ਉਰੇ ਇੱਕ ਸਕੁਅਰ ਬਣਾਉਂਦੇ ਹਾਂ ਲਾਈਨ ਕਿਹੜੀ ਬਣਾਉਣੀ ਸੀ ਅਸੀਂ ਹੋਰੀਜ਼ੋਂਟਲ ਠੀਕ ਹੈ ਹਾਂਜੀ ਹਾਂਜੀ ਕੱਟੀ ਹੋਈ ਅਸੀਂ ਜੋ ਕੱਟੀ ਹੋਈ ਉਹਨੂੰ ਤਾਂ ਲੀਵ ਕਰ ਦਾਂਗੇ ਕਿਉਂਕਿ ਉਹਦੇ ਵਿੱਚ ਤਾਂ ਜ਼ੀਰੋ ਹੋਊਗੀ ਅਸੀਂ ਉਹਨੂੰ ਨਹੀਂ ਦੇਖਣਾ ਹੈਗਾ ਇਹ ਪਹਿਲਾਂ ਤੋਂ ਹੀ ਡਿਲੀਟ ਹੋ ਗਈ ਹਾਂਜੀ ਕਾਲਮ ਦੇ ਵਿੱਚ ਹੋਣੀ ਚਾਹੀਦੀ ਹੈ ਕਾਲਮ ਜਦੋਂ ਆ ਕਾਲਮ ਦੇ ਵਿੱਚ ਆਏ ਤਾਂ ਇੱਥੇ ਜ਼ੀਰੋ ਸਾਡੇ ਕੋਲ ਇੱਕ ਬਣੀ ਸੀਗੀ ਤਾਂ ਅਸੀਂ ਇਹਦੇ ਵਿੱਚ ਲਗਾ ਅਗਲੇ ਕਾਲਮ ਦੇ ਵਿੱਚ ਜਾਂਦੇ ਇਹ ਵਾਲੀ ਲਾਈਨ ਜ਼ੀਰੋ ਸਾਡੀ ਪਹਿਲਾਂ ਹੀ ਡਿਲੀਟ ਹੋ ਗਈ ਕਿਉਂਕਿ ਜਦੋਂ ਓਰੀਜਨਲ ਲਾਈਨ ਖਤਮ ਤਾਂ ਕੁੱਲ ਮਿਲਾ ਕੇ ਗੱਲ ਇਹ ਹੋ ਗਈ ਵੀ ਸਾਡੀ ਕਾਲਮ ਸਕੈਨਿੰਗ ਵੀ ਖਤਮ ਹੋ ਗਈ ਬਾਕੀ ਕਿਤੇ ਹੋਰ ਜ਼ੀਰੋ ਬਚਦੀ ਨਹੀਂ ਹੈ ਵੀ ਸਾਨੂੰ ਕਾਲਮ ਸਕੈਨਿੰਗ ਕਰਨ ਦੀ ਲੋੜ ਨਹੀਂ ਠੀਕ ਹੈ ਜਦੋਂ ਸਕੈਨਿੰਗ ਸਾਡੀ ਕੰਪਲੀਟ ਹੋ ਗਈ ਤਾਂ ਅਸੀਂ ਕੀ ਚੈੱਕ ਕਰਨਾ ਸੀ ਆਪਾਂ ਨੇ ਲਿਖਿਆ ਸੀਗਾ ਵੀ ਸਾਡੀਆਂ ਜਿਹੜੀਆਂ ਸਕੁਅਰ ਨੇ ਐਸ ਪਰ ਮੈਟ੍ਰਿਕਸ ਦੇ ਅਕੋਰਡਿੰਗ ਬਰਾਬਰ ਆ ਗਈਆਂ ਕਿ ਨਹੀਂ ਅਸੀਂ ਇੱਕ ਸਕੁਅਰ ਦੇਖਦੇ ਕਿੰਨੇ ਲਗਾਏ ਇੱਕ ਦੋ ਤਿੰਨ ਚਾਰ ਫੋਰ ਸਕੁਅਰ ਇਜ਼ ਇਕੁਅਲ ਟੂ ਰੋ ਕਿੰਨੀਆਂ ਆਉਣੀਆਂ ਤਾਂ ਮਤਲਬ ਸਾਡਾ ਕੀ ਹਲੇ ਆਂਸਰ ਨਹੀਂ ਆ ਤਾਂ ਸਾਨੂੰ ਕੀ ਕਰਨਾ ਪਏਗਾ ਅੱਗੇ ਜੋ ਹੈ ਅਗਲਾ ਸਟੈਪ ਕਰਨਾ ਪੈਣਾ ਉਹਦੇ ਵਿੱਚ ਕੀ ਕਰਾਂਗੇ ਅਸੀਂ ਸਾਡੇ ਜਿਹੜੇ ਅਨਡਿਲੀਟਿਡ ਸੈੱਲ ਹੈਗੇ ਅਨਡਿਲੀਟਿਡ ਸੈੱਲ 1 2 3 4 5 6 7 8 ਇਹਨਾਂ ਦੀ ਸਭ ਤੋਂ ਛੋਟੀ ਵੈਲਿਊ ਇੱਕ ਬਚਦੀ ਹੈਗੀ ਹੈ ਠੀਕ ਹੈ ਅਸੀਂ ਜਿਹੜੀ ਇੱਕ ਵੈਲਿਊ ਹੈਗੀ ਉਹਨੂੰ ਕੀ ਕਰਾਂਗੇ ਇੰਟਰਸੈਕਸ਼ਨ ਪੁਆਇੰਟ ਦੇ ਵਿੱਚ ਐਡ ਕਰ ਦਵਾਂਗੇ ਠੀਕ ਹੈ ਜੀ ਕਿਉਂਕਿ ਮੈਟ੍ਰਿਕਸ ਸਾਡੀਆਂ ਚਾਰ ਮੈਟ੍ਰਿਕਸ ਦੇ ਅਕੋਰਡਿੰਗ ਸਾਡੀਆਂ ਚਾਰ ਸਕੁਅਰ ਆਏ 5 ਬਟਾ 5 ਆਣੇ ਚਾਹੀਦੇ ਸੀ ਮੀਨਸ 5 ਸਕੁਅਰ + 5 ਆਣਾ ਚਾਹੀਦਾ ਸੀ ਅਸੀਂ ਕੀ ਕਰਾਂਗੇ ਫਸਟ ਤਾਂ ਪਹਿਲਾਂ ਇਹ ਦੇਖਾਂਗੇ ਸਾਡੀ ਇੰਟਰਸੈਕਸ਼ਨ ਕਿੱਥੇ ਕਿੱਥੇ ਹੋ ਰਹੀ ਹੈਗੀ
ਤੁਹਾਡੇ ਹਿਸਾਬ ਨਾਲ ਇੰਟਰਸੈਕਸ਼ਨ ਦੇਖੋ ਕਿੱਥੇ ਕਿੱਥੇ ਹੋਈ ਹੈ। ਇੱਕ ਇੱਥੇ ਹੋ ਰਹੀ ਹੈ, ਹੋਰ ਕਿੱਥੇ ਵੀ ਸਾਡੀ ਇੰਟਰਸੈਕਸ਼ਨ ਨਹੀਂ ਹੋਈ। ਜਿਹੜੀ ਸਭ ਤੋਂ ਛੋਟੀ ਵੈਲਿਊ ਹੋਗੀ ਅਸੀਂ ਇਹਨਾਂ ਜਗ੍ਹਾ ਤੇ ਐਡ ਕਰ ਦਾਂਗੇ, ਬਾਕੀ ਜਿਹੜੇ ਆ ਕੋਲਮ ਸੈੱਲ ਹੈਗੇ ਨੇ ਉਹਨਾਂ ਦੇ ਵਿੱਚ ਮਾਈਨਸ ਕਰ ਦਾਂਗੇ। ਅਦਰਵਾਈਜ਼ ਬਾਕੀ ਜਿਹੜੀਆਂ ਵੈਲਿਊ ਤੁਸੀਂ ਕੱਟ ਰਹੀ ਹੋ ਸਾਰੀਆਂ ਸੇਮ ਰਹਿਣਗੀਆਂ ਇਹਦੇ ਮੇਨ। ਤਾਂ ਅਸੀਂ ਇੱਕ ਨਵੀਂ ਮੈਟ੍ਰਿਕ ਬਣਾਈਏ, ਸਭ ਤੋਂ ਪਹਿਲਾਂ ਅਸੀਂ ਛੋਟੀ ਵੈਲਿਊ ਲੈ ਲੈਂਦੇ ਹਾਂ। ਸਾਡੇ ਕੋਲ ਛੋਟੀ ਵੈਲਿਊ ਕਿਹੜੀ ਹੈਗੀ ਹੈ, ਵਨ ਹੈ, ਠੀਕ ਹੈ ਜੀ। ਆਹ ਵਨ ਨੂੰ ਅਸੀਂ ਕੀ ਕਰਦੇ ਹਾਂ, ਪਹਿਲਾਂ ਜਾਇਆ ਕਰੋ ਜਿਹੜੀਆਂ ਕੱਟੀਆਂ ਹੋਈਆਂ ਵੈਲਿਊ ਉਹ ਲਿਖ ਲਓ, ਫਿਰ ਡਾਊਟ ਨਹੀਂ ਰਹਿੰਦਾ ਹੈਗਾ। ਸਾਡੀ ਇਹ ਵਾਲੀ ਵੈਲਿਊ ਸੇਮ ਰਹੇਗੀ 24096 67, ਬਾਅਦ ਚ ਦੇਖਦੇ ਹਾਂ ਕਿਉਂਕਿ ਇੰਟਰਸੈਕਸ਼ਨ ਪੁਆਇੰਟ ਹੈਗਾ 20005, ਉਸ ਤੋਂ ਬਾਅਦ 0407, ਠੀਕ ਹੈ ਜੀ। ਹੁਣ ਚੱਲਦੇ ਹਾਂ ਇੰਟਰਸੈਕਸ਼ਨ ਪੁਆਇੰਟ ਦੇ ਵਿੱਚ। ਇੰਟਰਸੈਕਸ਼ਨ ਪੁਆਇੰਟ ਤੁਹਾਡੇ ਕਿਹੜੇ ਕਿਹੜੇ ਆਏ ਸੀਗੇ ਆਪਾਂ ਦੇਖੇ ਹੈਗੇ ਨੇ, 6, 7 or 2। ਤਾਂ ਸਭ ਤੋਂ ਛੋਟੀ ਵੈਲਿਊ ਕੀ ਸੀਗੀ, 1, ਅਸੀਂ 6 ਦੇ ਵਿੱਚ 1 ਐਡ ਕੀਤਾ, 7, 7 ਚ 1 ਕੀਤਾ 8, 2, ਠੀਕ ਹੈ ਜੀ। ਬਾਕੀ ਸਾਡੇ ਕੋਲ ਜਿਹੜੀਆਂ ਵੈਲਿਊ ਬਚੀਆਂ ਸੀਗੀਆਂ ਇਹ ਤਾਂ ਕੱਟੀ ਹੋਈ ਹੈ, 0 0 ਸੇਮ ਹੀ ਰਹੇਗੀ, ਮਤਲਬ ਇਹਦੇ ਵਿੱਚੋਂ ਮਾਈਨਸ ਹੋ ਚੁੱਕਣਾ। ਛੋਟੀ ਵੈਲਿਊ ਨੂੰ ਸਾਰਿਆਂ ਦੇ ਵਿੱਚੋਂ ਘਟਾ ਦਾਂਗੇ, ਤਾਂ 1 ਦੇ ਵਿੱਚ 7 ਗਏ ਸਾਡੇ ਕੋਲ 6, 4, 0, 0, 6, 0, ਆਹੀ ਵੈਲਿਊ ਬਚ ਗਈ। ਲੱਗ ਗਿਆ ਇੱਥੇ ਤੱਕ ਸਮਝ? ਓਕੇ ਜੀ, ਲੱਗ ਗਿਆ ਸਮਝ? ਮਤਲਬ ਕਿ ਸਾਡੇ ਕੋਲ ਅਗਲੇ ਸਟੈਕ ਦੇ ਵਿੱਚ ਅਗਰ ਮਤਲਬ ਕੀ ਆ ਗਈ, ਨਿਊ ਮੈਟ੍ਰਿਕਸ ਰੈਡੀ ਹੋ ਗਈ। ਨਿਊ ਮੈਟ੍ਰਿਕਸ ਜਦੋਂ ਸਾਡੇ ਕੋਲ ਆ ਗਈ ਤਾਂ ਅਸੀਂ ਉਹੀ ਕੰਮ ਕਰਨਾ ਹੈਗਾ ਆਪਣਾ, ਰੋ ਸਕੈਨਿੰਗ ਔਰ ਕੋਲਮ ਸਕੈਨਿੰਗ, ਅਸੀਂ ਕੀ ਹੈ ਲਾਈਨ ਲਗਾਉਣੀ ਹੈ, ਸਟਾਰਟ ਕਰਨਾ। ਸਭ ਤੋਂ ਪਹਿਲੀ ਲਾਈਨ ਦੇ ਵਿੱਚ ਚੱਲਦੇ ਹਾਂ, ਪਹਿਲੀ ਲਾਈਨ ਦੇ ਵਿੱਚ ਸਾਡੇ ਕੋਲ ਇੱਕੋ ਹੀ 0 ਹੈ, ਤਾਂ ਅਸੀਂ ਇਹ 0 ਨੂੰ ਲਾਈਨ ਲਗਾ ਕੇ ਇਸ ਲਾਈਨ ਨੂੰ ਜੋ ਹੈ ਕੱਟ ਕਰ ਦਿੰਦੇ ਹਾਂ, ਠੀਕ ਹੈ। ਇਹ ਲਾਈਨ ਸਾਡੀ ਕੱਟ ਹੋ ਗਈ ਕਿਉਂਕਿ ਅਸੀਂ ਵਰਟੀਕਲ ਲਾਈਨ ਡਰਾ ਕਰ ਰਹੇ ਹਾਂ। ਸੈਕਿੰਡ ਰੋ ਦੇ ਵਿੱਚ ਚੱਲਦੇ ਹਾਂ ਤਾਂ ਸਾਡਾ ਸਕੁਅਰ ਜੋ ਹੈ ਉਰੇ ਬਣ ਜਾਂਦਾ ਕਿਉਂਕਿ ਇਸ ਲਾਈਨ ਦੇ ਵਿੱਚ ਕੋਈ ਹੋਰ 0 ਨਹੀਂ ਹੈ, ਤਾਂ ਅਸੀਂ ਇਸ ਲਾਈਨ ਦੇ ਵਿੱਚ ਵੀ ਇੱਕ ਵਰਟੀਕਲ ਲਾਈਨ ਐਡ ਕਰ ਦਿੰਦੇ ਹਾਂ। ਥਰਡ ਰੋ ਦੇ ਵਿੱਚ ਚੱਲਦੇ ਹਾਂ ਤਾਂ ਇੱਥੇ 2 0 ਨੇ, ਤਾਂ ਇਸ ਲਾਈਨ ਨੂੰ ਅਸੀਂ ਕੀ ਕਰਾਂਗੇ, ਸਕਿਪ ਕਰਾਂਗੇ। ਫੋਰਥ ਦੇ ਵਿੱਚ ਚੱਲਦੇ ਹਾਂ ਤਾਂ ਉੱਥੇ ਵੀ 3 4 0 ਆ ਜਾਂਦੀ ਕਿਉਂਕਿ ਆਹ 0 ਤਾਂ ਸਾਡੀ ਕੱਟ ਗਈ ਹੈਗੀ ਹੈ, 3 0, ਤਾਂ ਅਸੀਂ ਇਹਨੂੰ ਵੀ ਸਕਿਪ ਕਰਦੇ ਹਾਂ। ਲਾਸਟ ਦੇ ਵਿੱਚ ਚੱਲਦੇ ਹਾਂ, ਸਾਡੇ ਕੋਲ ਕਿਹੜੀ 0 ਹੈਗੀ ਹੈ, 1 0 ਹੈਗੀ ਹੈ ਕਿਉਂਕਿ ਇਹ ਵਾਲੀ 0 ਸੀਗੀ ਇਹ ਪਹਿਲਾਂ ਤੋਂ ਹੀ ਸਾਡੀ ਕੱਟ ਗਈ, ਤਾਂ ਬੱਚੀ ਸਿਰਫ ਆਹ ਵਾਲੀ 0, ਤਾਂ ਅਸੀਂ ਇਹਦੇ ਵਿੱਚ ਵੀ ਸਕੁਅਰ ਲਗਾ ਕੇ ਇਹਨੂੰ ਕੱਟ ਕਰ ਦਾਂਗੇ। ਓਕੇ ਜੀ, ਆਹ 2 ਲਾਈਨਾਂ ਕੱਟ ਹੋ ਗਈਆਂ, 1 ਲਾਈਨ ਕੱਟ ਹੋ ਗਈ। ਫਿਰ ਅਸੀਂ ਇਹ ਦੇਖਣਾ ਹੈਗਾ ਵੀ ਰੋ ਸਕੈਨਿੰਗ ਕਰਨ ਤੋਂ ਬਾਅਦ ਸਾਡੀਆਂ ਸਾਰੀਆਂ 0 ਲਾਈਨ ਨਾਲ ਕਵਰ ਹੋ ਗਈਆਂ ਕਿ ਨਹੀਂ, ਆਹ ਵਾਲੀਆਂ 0 ਸਾਡੀਆਂ ਬੱਚੀਆਂ ਨੇ ਲਾਈਨ ਨਾਲ ਕਵਰ ਨਹੀਂ ਹੋਈ, ਤਾਂ ਸਾਨੂੰ ਕੀ ਕਰਨਾ ਪੈਣਾ, ਕੋਲਮ ਸਕੈਨਿੰਗ। ਕੋਲਮ ਸਕੈਨਿੰਗ ਇੱਦਾਂ ਸਟਾਰਟ ਕਰਦੇ ਹਾਂ, ਫਸਟ ਰੋ ਦੇ ਵਿੱਚ ਕੋਲਮ ਸਕੈਨਿੰਗ ਤਾਂ ਹੋਣੀ ਨਹੀਂ ਕਿਉਂਕਿ ਪਹਿਲਾਂ ਤੋਂ ਹੀ 0 ਕੱਟ ਗਈਆਂ। ਸੈਕਿੰਡ ਦੇ ਵਿੱਚ ਚੱਲਦੇ ਹਾਂ, ਕਿੰਨੇ 0 ਆ ਰਹੇ ਹਨ, ਸੈਕਿੰਡ ਦੇ ਵਿੱਚ ਸਾਡੇ ਕੋਲ 1 0, ਤਾਂ ਅਸੀਂ ਇੱਥੇ ਸਕੁਅਰ ਲਗਾਉਂਦੇ ਹਾਂ, ਇਸ ਉੱਤੇ ਹੋਰੀਜ਼ੋਂਟਲ ਲਾਈਨ ਲਗਾ ਦਿੰਦੇ ਹਾਂ। ਅਗਲੇ ਕੋਲਮ ਦੇ ਵਿੱਚ ਚੱਲਦੇ ਹਾਂ, ਆਹ 0 ਸਾਡੀ ਇਸ ਨਾਲ ਕੱਟ ਗਈ, ਲੇਕਿਨ ਇੱਥੇ 1 0 ਬਚਦੀ ਕਿਉਂਕਿ 2 0 ਅਸੀਂ ਲੇਕਿਨ ਆਹ ਪਹਿਲਾਂ ਹੀ ਕੱਟ ਗਈ, ਤਾਂ 0 ਬਚਦੀ ਹੈ, ਅਸੀਂ ਇੱਥੇ 1 ਮੈਟ੍ਰਿਕਸ ਲਗਾਵਾਂਗੇ, ਮੈਂ ਕੱਟਦਾ, ਠੀਕ ਹੈ। ਨੈਕਸਟ ਕੋਲਮ ਚੱਲਦੇ ਹਾਂ, ਪਹਿਲਾਂ ਹੀ ਕੱਟ ਗਿਆ, ਉਸ ਤੋਂ ਅਗਲਾ ਕੋਲਮ ਪਹਿਲਾਂ ਤੋਂ ਕੱਟ ਗਿਆ, ਸਾਡੀਆਂ ਸਾਰੀਆਂ ਹੁਣ ਦੇਖੋ ਵੀ 0 ਕਵਰ ਹੋ ਗਈਆਂ, ਜਿੱਥੇ ਜਿੱਥੇ 0 ਸੀਗੀਆਂ ਉਹ ਸਾਰੀਆਂ ਕਵਰ ਹੋ ਗਈਆਂ ਲਾਈਨ ਦੇ ਨਾਲ। ਅਗਰ ਇਹ ਕੰਮ ਹੋ ਗਿਆ ਤਾਂ ਫਿਰ ਅਸੀਂ ਕੀ ਚੈੱਕ ਕਰਾਂਗੇ, ਸਾਡੀਆਂ ਜਿਹੜੀਆਂ ਸਕੁਅਰ ਲਗਾਈਆਂ ਹੋਈਆਂ ਨੇ ਮੈਟ੍ਰਿਕਸ ਦੇ ਨਾਲ ਮੈਚ ਕਰਦੀਆਂ ਕਿੰਨੀ ਕਿੰਨੀਆਂ ਸਕੁਅਰ ਨੇ, 1 2 3 4 5 ਲੱਗ ਗਈਆਂ ਨਾ, ਠੀਕ ਹੈ ਜੀ, 5 ਲੱਗ ਗਈਆਂ, ਤਾਂ ਮੀਨਸ 5 = 5 ਆ ਗਿਆ। ਤਾਂ ਸਾਨੂੰ ਕੀ ਕਰਨਾ ਪੈਣਾ ਹੈਗਾ, ਜਿਹੜੇ ਸਾਡੇ ਓਪਰੇਟਰ ਸਾਡੀਆਂ ਜੋਬ ਸੀਗੀਆਂ ਉੱਥੇ ਕਿਹੜੇ ਕਿਹੜੇ ਓਪਰੇਟਰ ਨੂੰ ਕਿਹੜੀ ਕਿਹੜੀ ਜੋਬ ਦਿੱਤੀ ਉਹ ਫਾਈਂਡ ਕਰਨੀ ਹੈ ਅਸੀਂ। ਇਹਦੀ ਵੈਲਿਊ ਕਿਸ ਤਰ੍ਹਾਂ ਲਿਖਾਂਗੇ ਆਪਾਂ ਨੈਕਸਟ ਪੇਜ, ਜਿਹੜੀ ਫਸਟ ਜੋਬ ਹੈ
ਉਹਨੂੰ ਕਿਹੜਾ ਆਪਰੇਟਰ ਦਿੱਤਾ ਹੈਗਾ ਸੀ ਈ ਠੀਕ ਹੈ ਜੀ ਇਸੇ ਤਰ੍ਹਾਂ ਹੀ ਹੈ ਨਾ ਫਸਟ ਸਾਡੀ ਮੈਟ੍ਰਿਕ ਆਈ ਈ ਦੇ ਵਿੱਚ ਸੈਕਿੰਡ ਜੋਗ ਲਈ ਸਾਡਾ ਕਿਹੜਾ ਮੈਟ੍ਰਿਕ ਕਿਹੜੇ ਪਰਸਨ ਆ ਰਹੀ ਸਾਡਾ ਈ ਇੱਥੇ ਆ ਰਹੀ ਹੈ ਥਰਡ ਦੇ ਵਿੱਚ ਸਾਡਾ ਆ ਰਿਹਾ ਸੀ ਫੋਰਥ ਦੇ ਵਿੱਚ ਸਾਡਾ ਆ ਰਿਹਾ ਪਰਸਨ ਬੀ ਔਰ ਫਿਫਥ ਦੇ ਵਿੱਚ ਆ ਰਹੇ ਠੀਕ ਹੈ ਹਰੇਕ ਪਰਸਨ ਨੂੰ ਅਲੱਗ ਅਲੱਗ ਜੋ ਹੈ ਜੋ ਆਪਰੇਟਰ ਜਿਹੜਾ ਸਾਡਾ ਇਹ ਜੋਬ ਦੇਣੀ ਅਲੱਗ ਅਲੱਗ ਆਪਰੇਟਰ ਨੂੰ ਚੱਲੇਗੀ ਫਸਟ ਜੋਬ ਈ ਆਪਰੇਟਰ ਨੂੰ ਚੱਲੇਗੀ ਸੈਕਿੰਡ ਜੋਬ ਏ ਆਪਰੇਟਰ ਨੂੰ ਚੱਲੇਗੀ ਥਰਡ ਜੋਬ ਸੀ ਆਪਰੇਟਰ ਨੂੰ ਚੱਲੇਗੀ ਸਾਨੂੰ ਇਹਦੀ ਵੈਲਿਊ ਜੋ ਸੀਗੀ ਸਟਾਰਟਿੰਗ ਦੇ ਵਿੱਚ ਸਾਡਾ ਟੇਬਲ ਸੀਗਾ ਉਹ ਲਿਖ ਲੈਣੀ ਈ ਦੀ ਵੈਲਿਊ ਸਾਡੇ ਕੋਲ ਕਿਹਦੀ ਹੈ ਕਿੰਨੀ ਆ ਰਹੀ ਸੀ ਸੈਵਨ ਏ ਦੀ ਦੇਖੋ ਕਿੰਨੀ ਵੈਲਿਊ ਆ ਰਹੀ ਸੀ ਸੈਕਿੰਡ टाइम लग रहे जॉब कंप्लीट करने टाइम लिख देंगे अगर वैल्यू तो वैल्यू लिखा सत छे तेरह तेरह छे उन्नी उन्नी नौ अठाई दस अठत्ती हावर्स मैं टाइम के अकॉर्डिंग लिखता भी अठत्ती हावर्स लग जाएंगे अगर ये जॉब असं अलग अलग जॉब ऑपरेटर तो कंप्लीट करवाने हैं मतलब ये होंगे भी साढ़े जो ऑपरेटर है सारी जॉब कर सकते हैं हरेक जॉब में करना इन्ना टाइम लगना उन्होंने लेकिन असं जो है मिनीम लगाना टाइम साढ़ा लगे या फिर मिनीम घट कोस्ट जो भी थोड़ा कोस्ट लिखा है कोस्ट है तो कोस्ट के अकॉर्डिंग अगर टाइम है तो टाइम के अकॉर्डिंग ठीक है जी